ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਅੱਜ ਦੀ ਵੀਡੀਓ ਵਿੱਚ ਆਪਾਂ 9ਵੀਂ ਕਲਾਸ ਦੇ ਲਈ ਮੈਥ ਵਿਸ਼ੇ ਦਾ ਇੱਕ ਸੈਂਪਲ ਪੇਪਰ ਸੋਲਵ ਕਰਾਂਗੇ ਜੀ ਤੇ ਇਸ ਸੈਂਪਲ ਪੇਪਰ ਦੇ ਵਿੱਚੋਂ ਤੁਹਾਨੂੰ ਸਤੰਬਰ ਪ੍ਰੀਖਿਆ ਦੇ ਵਿੱਚ ਵੀ ਕਾਫੀ ਕੁਐਸਚਨ ਮਿਲ ਸਕਦੇ ਤੇ ਜੋ ਤੁਹਾਡਾ ਫਾਈਨਲ ਪੇਪਰ ਹੋਣਾ ਹੈ ਜਾਂ ਨਵੰਬਰ ਦੇ ਐਗਜ਼ਾਮ ਹੋਣੇ ਹਨ ਜਾਂ ਫਾਈਨਲ ਪੇਪਰ ਹੋਣੇ ਹਨ ਉਹਨਾਂ ਵਿੱਚ ਵੀ ਕਾਫੀ ਜੋ ਹੈਲਪ ਹੈ ਇਹਨਾਂ ਕੁਐਸਚਨ ਦੇ ਵਿੱਚ ਤੁਹਾਨੂੰ ਮਿਲ ਜਾਵੇਗੀ ਇਸ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਜੇਕਰ ਤੁਸੀਂ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਹੈ ਜੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦੇਣਾ ਹੈ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਜੋ 올 ਦਾ ਨੋਟੀਫਿਕੇਸ਼ਨ ਹੈ ਉਸ ਨੂੰ ਜਰੂਰ ਆਨ ਕਰ ਲੈਣਾ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਸ ਨੂੰ ਪੰਜਾਬੀ ਮੀਡੀਅਮ ਵਿੱਚ ਸੌਲਵ ਕਰਾਂਗੇ ਤੇ ਨੈਕਸਟ ਜੋ ਵੀਡੀਓ ਹੋਏਗੀ ਉਸ ਵਿੱਚ ਮੈਂ ਇਸ ਨੂੰ ਇੰਗਲਿਸ਼ ਮੀਡੀਅਮ ਦੇ ਵਿੱਚ ਸੌਲਵ ਕਰਕੇ ਵੀ ਜੋ ਪੇਪਰ ਨੂੰ ਅਪਲੋਡ ਕਰ ਦਿੱਤਾ ਜਾਵੇਗਾ ਇਸ ਲਈ ਪੰਜਾਬੀ ਅਤੇ ਜੋ ਇੰਗਲਿਸ਼ ਮੀਡੀਅਮ ਵਾਲੇ ਬੱਚੇ ਹਨ ਉਹਨਾਂ ਸਾਰਿਆਂ ਨੇ ਹੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖਣਾ ਹੈ ਜੀ ਤੇ ਆਹ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਹੀ ਕੁਐਸਚਨਸ ਨੂੰ ਸੌਲਵ ਕਰਦੇ ਹਾਂ ਜੀ ਪਹਿਲਾ ਕੁਸ਼ਨ ਹੈ ਜੀ ਸਹੀ ਵਿਕਲਪ ਦੀ ਚੋਣ ਕਰਨੀ ਹੈ ਹੇਠ ਲਿਖਿਆਂ ਸੰਖਿਆਵਾਂ ਵਿੱਚੋਂ ਕਿਹੜੀ ਪਰमेय ਸੰਖਿਆ ਹੈ ਪਰमेय ਸੰਖਿਆ ਹੁੰਦੀ ਹੈ ਜਿਸ ਨੂੰ ਆਪਾਂ ਪੀ ਬਟਾ ਕਿਊ ਦੀ ਫਾਰਮ ਵਿੱਚ ਲਿਖ ਸਕਦੇ ਹਾਂ ਤਾਂ ਉਹ ਇਹਨਾਂ ਵਿੱਚੋਂ ਇੱਕ ਹੀ ਸੰਖਿਆ ਹੋਏਗੀ ਉਹ ਹੋਏਗੀ ਆਪਣੇ ਕੋਲ ਬੀ ਵਾਲੀ ਆਪਸ਼ਨ ਪਰ ਬੀ ਵਾਲੀ ਆਪਸ਼ਨ ਦੇ ਵਿੱਚ ਦੇਖੋ √ ਦੇ ਵਿੱਚ ਲਿਖਿਆ ਹੋਇਆ ਹੈ 225 ਤੇ 225 ਦਾ √ ਕਿੰਨਾ ਹੁੰਦਾ ਹੈ ਜੀ 15 ਤੇ 15 ਨੂੰ ਆਪਾਂ ਲਿਖ ਸਕਦੇ ਹਾਂ ਜੀ 15/1 ਇਟ ਮੀਨ ਇਹ ਬਣ ਗਈ ਆਪਣੇ ਕੋਲ ਪੀ/ਕਿਊ ਫਾਰਮ ਤੇ ਬਾਕੀ ਜੋ ਤਿੰਨੇ ਆਪਸ਼ਨ ਹਨ ਉਹ ਆਪਣੇ ਕੋਲ ਅ ਪਰमेय ਸੰਖਿਆਵਾਂ ਹਨ ਜੀ ਤੇ ਸੁਣ अगला क्वेश्चन है जी ਦਿੱਤੀਆਂ ਹੋਈਆਂ ਦੋ ਪਰਮੇਸ਼ ਸੰਖਿਆਵਾਂ ਦੇ ਵਿਚਕਾਰ ਕਿੰਨੀਆਂ ਪਰਮੇਸ਼ ਸੰਖਿਆਵਾਂ ਹੁੰਦੀਆਂ ਹਨ ਇਸ ਦਾ ਆਨਸਰ ਹਮੇਸ਼ਾ ਹੀ ਕੀ ਆਏਗਾ ਅਨੇਕਾਂ ਜੇ ਦੋ ਪਰਮੇਸ਼ ਸੰਖਿਆਵਾਂ ਦੇ ਵਿਚਕਾਰ ਕਿੰਨੀਆਂ ਪਰਮੇਸ਼ ਸੰਖਿਆਵਾਂ ਪੁੱਛੀਆਂ ਹੋਵੇ ਤਾਂ ਉਸ ਦਾ ਆਨਸਰ ਆਏਗਾ ਅਨੇਕ ਇਨਫਾਈਨਾਈਟ ਆਏਗਾ ਜੀ ਸੁਣ अगला क्वेश्चन ਆਪਣੇ ਕੋਲ ਇਸ ਤਰ੍ਹਾਂ ਹੈ ਜੀ 0 ਨੂੰ ਆਪਾਂ p/q ਦੀ ਫਾਰਮ ਵਿੱਚ ਲਿਖਣਾ ਹੈ ਤੇ 0 ਨੂੰ ਲਿਖਾਂਗੇ 0/1 ਤੇ ਇਹ ਬਣ ਜਾਏਗਾ p/q ਨੈਕਸਟ ਵਨ ਆਪਣੇ ਕੋਲ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਬਹੁਪਦ ਇੱਕ ਚੱਲ ਵਿੱਚ ਹੈ ਜਿਸ ਦੇ ਵਿੱਚ ਸਿਰਫ ਇੱਕ ਹੀ ਚੱਲ ਹੋਵੇ ਇਸ ਦੇ ਵਿੱਚ ਦੇਖੋ ਤਿੰਨ ਚੱਲ ਹਨ ਇਸ ਦੇ y نیچے ਆ ਗਿਆ ਇਹ ਆਪਣੇ ਕੋਲ ਬਹੁਪਦ ਨਹੀਂ ਹੈ ਇਸ ਦੇ ਵਿੱਚ z ਆਪਣੇ ਕੋ ਇੱਕ ਚੱਲ ਹੈ ਇਸ ਦੇ ਵਿੱਚ ਜੋ t ਹੈ ਰੂਟ ਦੇ ਵਿੱਚ ਆ ਗਿਆ ਤੇ ਇਹ ਵੀ ਆਪਣੇ ਕੋ ਬਹੁਪਦ ਨਹੀਂ ਹੈ ਤੇ ਇੱਕ ਚੱਲ ਇਸ ਦੇ ਵਿੱਚ ਜਿਹੜਾ ਹੈ ਜਿਸ ਸਿਰਫ ਇੱਕ ਹੀ ਹੈ ਤੇ ਰਾਈਟ ਆਪਸ਼ਨ ਹੈ ਆਪਣੇ ਕੋ ਜੀ c ਸੋ ਅਗਲਾ ਕੁਐਸਚਨ ਦੇਖੋ ਜੀ ਆਪਣੇ ਕੋ ਬਹੁਪਦ ਦਿੱਤਾ ਹੈ x ਦੀ ਘਾਤ 2 ਘਟਾਓ 2x ਜਮਾ 1 ਵਿੱਚ ਕਿੰਨੇ ਚੱਲ ਹਨ ਤੇ ਇੱਕ ਹੀ ਚੱਲ ਨਜ਼ਰ ਆ ਰਿਹਾ x ਜਿੱਥੇ x ਆਉ ਆਪਣੇ ਕੋ ਚੱਲ ਹੁੰਦਾ ਹੈ ਤੇ ਇੱਕ ਹੀ ਚੱਲ ਹੈ ਕਿਹੜਾ x ਤੇ ਇਹ ਆਪਸ਼ਨ ਆ ਜੇਗੀ ਆਪਣੇ ਕੋ ਸੋਹਲਾ ਕੁਐਸਚਨ ਹੈ ਜੀ ਬਿੰਦੂ ਦਿੱਤਾ ਹੋਇਆ ਹੈ 7 ਘਟਾਓ ਕਮਾ ਘਟਾਓ 8 ਇਹ ਕਿਹੜੀ ਚੌਥਾਈ ਦੇ ਵਿੱਚ ਹੈ ਤੇ ਦੇਖੋ ਆਪਣੇ ਕੋ ਚਾਰ ਚੌਥਾਈਆਂ ਹੁੰਦੀਆਂ ਹਨ ਪਹਿਲੀ ਚੌਥਾਈ ਦੇ ਵਿੱਚ ਦੋਨੋਂ ਨੰਬਰ ਜਮਾ ਵਾਲੇ ਹੁੰਦੇ ਹਨ ਦੂਸਰੀ ਚੌਥਾਈ ਦੇ ਵਿੱਚ x ਘਟਾਓ ਵਾਲਾ ਤੇ y ਜਮਾ ਵਾਲਾ ਤੀਸਰੀ ਚੌਥਾਈ ਦੇ ਵਿੱਚ ਆਪਣੇ ਕੋਲ ਦੋਨੋਂ ਘਟਾਓ ਵਾਲੇ ਹੁੰਦੇ ਹਨ ਤੇ ਚੌਥੀ ਚੌਥਾਈ ਦੇ ਵਿੱਚ x ਜਮਾਣ ਤੇ ਜੋ y ਹੈ ਘਟਾਓ ਵਾਲਾ ਤੇ ਧਿਆਨਾਂ ਨਜ਼ਰ ਆ ਰਿਹਾ ਕਿ ਇਹ ਵਾਲਾ ਜੋ ਹੈ ਲੀਕੋ ਪਹਿਲਾ ਨੰਬਰ ਜਮਾ ਵਾਲਾ ਹੈ ਦੂਸਰਾ ਘਟਾਓ ਵਾਲਾ ਹੈ ਤੇ ਚੌਥੀ ਚੌਥਾਈ ਦੇ ਵਿੱਚ ਹੋਏਗਾ ਤੇ d ਆਪਸ਼ਨ ਆਪਣੇ ਕੋਲ ਆ ਜਾਏਗੀ ਜੀ। ਹੁਣ ਅਗਲਾ ਕੁਸ਼ਣ ਹੈ ਜੀ ਕਿਸੇ ਬਿੰਦੂ x ਨਿਰਦੇਸ਼ ਕਿਸੇ ਬਿੰਦੂ ਦੇ x ਨਿਰਦੇਸ਼ ਅੰਕ ਨੂੰ ਡੈਸ਼ ਕਿਹਾ ਜਾਂਦਾ ਹੈ ਤੇ ਉਸ ਨੂੰ ਕਿਹਾ ਜਾਂਦਾ ਹੈ ਜੀ ਪੂਜ ਤੇ ਜੇਕਰ x ਦੀ ਜਗ੍ਹਾ y ਹੋਵੇ ਤਾਂ ਉਹ ਕੋਟੀ ਆ ਜਾਏਗਾ ਜੀ। ਤੇ x ਪੁੱਛਿਆ ਗਿਆ ਹੈ ਇਸ ਲਈ x ਵਾਲੇ ਨੂੰ ਤੁਸੀਂ ਪੂਜ ਕਹਿਣਾ ਹੈ ਜੀ ਅਗਲਾ ਕੁਸ਼ਣ ਆਪਣੇ ਕਿਸ ਤਰ੍ਹਾਂ ਹੈ ਜੀ 18ਵਾਂ ਕੁਸ਼ਣ ਹੈ ਜੀ ਇੱਕ ਬਿੰਦੂ ਦੇ ਕਿੰਨੇ ਭਾਗ ਹੁੰਦੇ ਹਨ ਤੇ ਇਸ ਦਾ ਆਨਸਰ ਆਪਾਂ 0 ਲਿਖ ਸਕਦੇ ਹਾਂ ਜੀ ਕਿਉਂਕਿ ਨਾ ਉਸ ਦੀ ਲੰਬਾਈ ਹੁੰਦੀ ਹੈ ਨਾ ਚੌੜਾਈ ਹੁੰਦੀ ਹੈ ਨਾ ਹੀ ਉਸ ਦੀ ਉਚਾਈ ਹੁੰਦੀ ਹੈ ਤੇ ਜੇਕਰ ਬਿੰਦੂ ਦੇ ਕੋਆਰਡੀਨੇਟ ਪੁੱਛੇ ਜਾਂਦੇ ਤੇ ਕੋਆਰਡੀਨੇਟਸ ਆਪਣੇ ਕੋ ਉਹ ਆਪਸ਼ਨ 2 ਆਣੀ ਸੀਗੀ ਨਿਰਦੇਸ਼ਾਂਕ ਕਿਸੇ ਬਿੰਦੂ ਦੇ ਦੋ ਹੁੰਦੇ ਹਨ x ਵਾਲਾ ਤੇ y ਵਾਲਾ ਪਰ ਜੇ ਭਾਗ ਪੁੱਛਿਆ ਗਿਆ ਤੇ ਉਹ ਆਪਣੇ ਕੋ 0 ਆ ਜਾਏਗਾ ਜੀ ਅਗਲਾ ਹੈ ਜੀ ਯੂਕਲਿਡ ਦੀਆਂ ਮੂਲ ਧਰਾਵਾਂ ਦੀ ਗਿਣਤੀ ਕਿੰਨੀ ਹੈ ਜੀ ਉਹ ਹੈ ਜੀ 5 ਲਗ ਮੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ ਜੀ 180 ਤੇ ਅਗਲਾ ਸਵਾਲ ਕੁਸ਼ਨ ਆਪਣੇ ਕੋ ਇਸ ਤਰ੍ਹਾਂ ਹੈ ਜੀ ਨਿਊਨ ਕੋਣ ਦਾ ਮਾਪ ਕਿੰਨਾ ਹੁੰਦਾ ਹੈ 0 ਤੋਂ 90 ਦੇ ਵਿਚਕਾਰ ਜੇਕਰ ਕੋਈ ਕੋਣ ਹੈ ਤੁਸੀਂ ਨੂੰ ਆਪਾਂ ਕਹਿ ਦਿੰਦੇ ਹਾਂ ਨਾ ਨਿਊਨ ਕੋਣ ਇੱਕ ਤ੍ਰਿਭੁਜ ਦੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ ਤੇ ਉਹ ਬਹੁਤ ਈਜ਼ੀ ਹੈ ਜੀ 180 ਡਿਗਰੀ ਹੁੰਦਾ ਹੈ ਕਿਸੇ ਸਮਕੋਣੀ ਤ੍ਰਿਭੁਜ ਵਿੱਚ ਹਰੇਕ ਕੋਣ ਕਿੰਨਾ ਹੁੰਦਾ ਹੈ ਤੇ ਉਹ ਪਤਾ ਹੈ ਜੀ ਸਾਰੇ ਕੋਣ ਆਪਣੇ ਕੋ 60 60 ਡਿਗਰੀ ਦੇ ਹੁੰਦੇ ਹਨ ਟੋਟਲ ਆਪਣੇ ਕੋ ਤਿੰਨਾਂ ਕੋਣਾਂ ਨੂੰ ਮਿਲਾ ਕੇ 180 ਬਣੇਗਾ ਜੀ ਸੋਹਲਾ ਕੁਸ਼ਣ ਹੈ ਜੀ ਜੇਕਰ ਕਿਸੇ ਤ੍ਰਿਭੁਜ ਦੀਆਂ ਦੋ ਭੁਜਾਵਾਂ ਬਰਾਬਰ ਹੋਣ ਇਹਨਾਂ ਪੁਜਾਵਾਂ ਦੀ ਜੋ ਸਨਮੁਖ ਕੋਣ ਸਾਹਮਣੇ ਆਮਨੇ ਸਾਹਮਣੇ ਵਾਲੀ ਕੋਣ ਹੁੰਦੀਆਂ ਹਨ ਉਹ ਵੀ ਕੀ ਹੁੰਦੀਆਂ ਹਨ ਜੀ ਬਰਾਬਰ ਹੁੰਦੀਆਂ ਹਨ ਜੀ ਜੇਕਰ ਕਿਸੇ ਤ੍ਰਿਭੁਜ ਦੀਆਂ ਪੁਜਾਵਾਂ ABC ਹਨ ਤੇ ਇਸ ਦਾ ਅਰਧ ਪਰਿਮਾਪ ਕਿੰਨਾ ਹੋਏਗਾ ਤੇ ਉਹ ਹੋਏਗਾ ਜੀ ਆਪਣੇ ਕੋ A B C 2 ਅਗਲਾ ਹੈ ਜੀ ਜੇਕਰ ਕਿਸੇ ਸਮ ਪੁਜੀ ਤ੍ਰਿਭੁਜ ਦਾ ਪਰਿਮਾਪ 180 ਹੈ ਤਾਂ ਇਸ ਦੀ ਹਰੇਕ ਪੁਜਾ ਦੀ ਲੰਬਾਈ ਕਿੰਨੀ ਹੋਵੇਗੀ ਤੇ ਇਸ ਨੂੰ ਆਪਣੇ ਕੋ ਆ ਜਾਏਗਾ ਜੀ 60 180 ਹੈ 180 ਨੂੰ ਆਪਾਂ ਤਿੰਨ ਦੇ ਨਾਲ ਭਾਗ ਕਰ ਦੇਣਾ ਕਿਉਂਕਿ ਤ੍ਰਿਪੂਜੀ ਦੀਆਂ ਤਿੰਨੀਆਂ ਭਜਾਮਾਂ ਸੰਪੂਜੀ ਦੀਆਂ ਬਰਾਬਰ ਹੁੰਦੀਆਂ ਹਨ ਕਟਿੰਗ ਕਰਕੇ ਆਪਣੇ ਕੋ 60 ਸੈਂਟੀਮੀਟਰ ਆ ਗਿਆ ਜੀ ਤੇ ਆ ਉਸ ਤੋਂ ਆਪਾਂ ਹੁਣ ਸਹੀ ਗਲਤ ਵਾਲਾ ਕੁਸ਼ਚਨ ਕਰਦੇ ਹਾਂ ਜੀ ਆਪਣੇ ਕੋ ਸਹੀ ਜਾਂ ਗਲਤ ਅਨਸਰ ਲਾਉਣਾ ਹੈ ਜੀ a ਦੀ ਘਾਤ m a ਦੀ ਘਾਤ n a ਦੀ ਘਾਤ m n ਤੇ ਬਿਲਕੁਲ ਸਹੀ ਹੈ ਜੀ ਬਹੁਪਦ x 1 ਦੀ 0 1 ਹੈ ਤੇ ਆਪਣੇ ਕੋ ਗਲਤ ਹੈ ਜੀ ਬਹੁਪਦ ਦੀ ਘਾਟ 5 ਹੈ ਸਭ ਤੋਂ ਵੱਡੇ ਐਕਸ ਦੀ ਘਾਟ ਦੇਖੋ 5 ਹੈ ਤੇ ਆਪਣੇ ਕੋਲ ਬਿਲਕੁਲ ਸਹੀ ਹੈ ਜੀ ਬਿੰਦੂ 1, 2 ਨਿਰਦੇਸ਼ ਅੰਕ ਸਮਤਲ ਵਿੱਚ ਦੂਸਰੀ ਚੌਥਾਈ ਦੇ ਵਿੱਚ ਹੋਏਗਾ ਗਲਤ ਹੈ ਜੀ ਦੋਨੋਂ ਜਮਾ ਵਾਲੇ ਹਨ ਤੇ ਪਹਿਲੀ ਚੌਥਾਈ ਦੇ ਵਿੱਚ ਹੋਏਗਾ ਇਹ ਗਲਤ ਹੋਏਗਾ ਜੀ ਅਗਲਾ ਕੁਸ਼ਨ ਹੈ ਜੀ ਇੱਕ ਬਿੰਦੂ ਤੋਂ ਹੋ ਕੇ ਸਿਰਫ ਇੱਕ ਰੇਖਾ ਖਿੱਚੀ ਜਾ ਸਕਦੀ ਹੈ ਗਲਤ ਹੈ ਜੀ ਅਨੰਤ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਇੱਕ ਬਿੰਦੂ ਤੋਂ ਕਾਟਮੀ ਰੇਖਾ ਦੇ ਇੱਕ ਪਾਸੇ ਅੰਦਰਲੇ ਕੋਣ ਆਪਸ ਵਿੱਚ ਬਰਾਬਰ ਹੁੰਦੇ ਹਨ ਤੇ ਇਹ ਆਪਣੇ ਕੋਹੇ ਜੀ ਗਲਤ अगला है जी ए ए ए दो त्रिभुजा दर्भंक समता का नियम नहीं है तो बिल्कुल सही है जी ये अपने को नहीं है ये अपने को समरूपता का नियम हों जी अगला क्वेश्चन है जी खाली था देखो जी अपने को तीसरा पाठ है जी खाली था भरो परमेह संख्या एक बटा दो तीन का दशमलव प्रसार होएगा वह होएगा जी जीरो पॉइंट तीन के उपर बार पा देना है बार का मतलब इस तरह होगा जीरो पॉइंट تن 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 ان سوون ایک ਘਾਤ ਵਾਲੇ ਬਹੁਪਦ ਨੂੰ ਰੇਖੀ ਬਹੁਪਦ ਕਿਹਾ ਜਾਂਦਾ ਹੈ ਹਰੇਕ ਸੰਪੂਰਨ ਸੰਖਿਆ ਡੈਸ਼ ਸੰਖਿਆ ਹੁੰਦੀ ਹੈ ਤੇ ਇਸ ਦੇ ਵਿੱਚ ਆ ਜਾਏਗਾ ਜੀ ਪਰमेय ਸੰਖਿਆ ਹਰੇਕ ਸੰਪੂਰਨ ਸੰਖਿਆ ਇੱਕ ਪਰਿमेय ਸੰਖਿਆ ਹੁੰਦੀ ਹੈ x ਤੁਰੇ ਤਾਈ ਤੁਰ ਦੇ ਕਾਟਵੇਂ ਬਿੰਦੂ ਨੂੰ ਮੂਲ ਬਿੰਦੂ ਕਹਿੰਦੇ ਹਨ ਮੂਲ ਬਿੰਦੂ ਕਿਹਾ ਜਾਂਦਾ ਹੈ ਪੂਰਨ ਆਪਣੇ ਭਾਗ ਤੋਂ ਕੀ ਹੁੰਦਾ ਪੂਰਨ ਆਪਣੇ ਭਾਗ ਤੋਂ ਕੀ ਹੁੰਦਾ ਹੈ ਜੀ ਹਮੇਸ਼ਾ ਵੱਡਾ ਹੁੰਦਾ ਹੈ ਜੀ ਸਿਖਰ ਸੰਮੁਖ ਕੋਣ ਹਮੇਸ਼ਾ ਕੀ ਹੁੰਦੇ ਹਨ ਆਪਸ ਵਿੱਚ ਬਰਾਬਰ ਹੁੰਦੇ ਹਨ ਜੀ ਤ੍ਰਿਪੂਜ ਦਾ ਖੇਤਰ 1/2 ਆਧਾਰ ਲੰਬ ਤੇ ਆ ਹੁਣ ਸਾਨੂੰ ਆਪਾਂ ਨੈਕਸਟ ਦੇਖਦੇ ਹਾਂ ਜੀ ਨੈਕਸਟ ਆਪਣੇ ਕੋ ਐੜਾ ਪਾਰਟ ਹੈ ਤੇ ਇਸ ਤੋਂ ਵੀਡੀਓ ਕਾਫੀ ਲੰਬੀ ਹੋ ਰਹੀ ਹੈ ਤੇ ਆਪਾਂ ਕੀ ਕਰਾਂਗੇ ਹੁਣ ਜੋ ਨੈਕਸਟ ਤੁਹਾਡਾ ਪਾਰਟ ਹੈ ਜੋ ਐਡਾ ਭਾਗ ਤੇ ਬਾਕੀ ਜੋ ਵੀ ਅੱਗੇ ਪਾਰਟ ਹਨ ਉਹ ਤੁਹਾਨੂੰ ਨੈਕਸਟ ਵੀਡੀਓ ਵਿੱਚ ਸੋਲਵ ਕਰਾਂਗੇ ਹੁਣ ਤੱਕ ਤੁਸੀਂ ਆਪਣਾ 30 ਨੰਬਰ ਦਾ ਪੇਪਰ ਹੈ ਉਹ ਕਰ ਚੁੱਕੇ ਹੋ ਇਸੇ ਪੇਪਰ ਨੂੰ ਤੁਸੀਂ ਰਿਵਾਈਜ਼ ਕਰ ਲਓ ਤੇ ਜਲਦੀ ਹੀ ਤੁਹਾਨੂੰ ਜੋ ਇਸ ਦੇ ਅਗਲੇ ਵਾਲੇ ਪਾਰਟ ਹਨ ਉਹਨਾਂ ਦੀ ਵੀਡੀਓ ਵੀ ਮਿਲ ਜਾਵੇਗੀ ਚੈਨਲ ਹੈ ਉਸ ਨੂੰ ਸਬਸਕ੍ਰਾਈਬ ਕਰਕੇ ਜਰੂਰ ਰੱਖਣਾ ਹੈ ਜੀ ਤਾਂ ਜੋ ਮੈਂ ਜਦੋਂ ਵੀ ਵੀਡੀਓ ਅਪਲੋਡ ਕਰਾਂ ਤੇ ਤੁਹਾਨੂੰ ਉਸ ਦਾ ਜੋ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਤੁਸੀਂ ਇਸ ਵੀਡੀਓ ਨੂੰ ਦੇਖ ਸਕੋ ਤੇ ਹੁਣ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਧੰਨਵਾਦ